ਸਤਿ ਸ਼੍ਰੀ ਅਕਾਲ, ਮੈਂ ਜਸਵਿੰਦਰ ਪਾਲ ਚਰਨਛਾਣ ਪੰਜਾਬੀ ਤੁਹਾਡਾ ਸਵਾਗਤ ਹੈ ਅਤੇ ਗੱਲ ਕਰਦੇ ਹਾਂ ਅਕਾਲੀ ਦਲ ਵਿੱਚ ਮਜ਼ਬੂਤੀ ਲਈ ਗਰਮਜੋਸ਼ੀ ਵਾਲਾ ਮਾਹੌਲ ਦਿਖਾਈ ਦੇ ਰਿਹਾ। ਇਹੋ ਜਿਹਾ ਹੀ ਮਾਹੌਲ ਦਿਖਾਈ ਦਿੱਤਾ ਸਾਨੂੰ ਜੋਗਿੰਦਰ ਸਿੰਘ ਜਿੰਦੂ, ਜੋ ਕਿ ਫਿਰੋਜ਼ਪੁਰ ਜ਼ਿਲ੍ਹਾ ਆਗੂ ਨੇ, ਐਕਸ ਐੱਮ ਐੱਲ ਏ ਵੀ ਨੇ ਅਕਾਲੀ ਦਲ ਦੇ, ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਦਾਅਵਾ ਕੀਤਾ ਕਿ ਅਕਾਲੀ ਦਲ ਬਾਦਲ ਵੱਲੋਂ ਜਿਹੜੀਆਂ ਨਵੀਆਂ 13 ਨੁਕਾਤੀ ਪ੍ਰੋਗਰਾਮ ਲਿਆਂਦਾ ਗਿਆ, ਉਸ ਨਾਲ ਅਕਾਲੀ ਦਲ ਬਹੁਤ ਮਜ਼ਬੂਤ ਹੋ ਕੇ ਉੱਭਰੇਗਾ। ਮਤਲਬ ਕਿ ਜੋ ਹਾਲਾਤ ਪਿਛਲੇ ਵਿਧਾਨ ਸਭਾ 'ਚ ਜਾਂ ਲੋਕ ਸਭਾ ਚੋਣ ਜਿਹੜੀ ਸੰਗਰੂਰ ਦੀ ਹੋਈ ਆ, ਉਹ ਤੋਂ ਬਾਅਦ ਉਹ ਹੋਰ ਜ਼ਿਆਦਾ ਮਜ਼ਬੂਤੀ ਵਿੱਚ ਆਏਗਾ। ਭਾਵੇਂ ਉਹਨਾਂ ਨੂੰ ਨਿਰਾਸ਼ਾ ਮਿਲੀ ਸੀ, ਪਰੰਤੂ ਅਕਾਲੀ ਦਲ ਜਿੰਦੂ ਦੇ ਅਨੁਸਾਰ ਤਰੱਕੀ ਕਰੇਗਾ। ਹੈਗੀ ਸੀ, ਉਹਨਾਂ ਨੇ ਕਿਹਾ ਹੈਗਾ ਪਾਰਟੀ ਦੇ ਵਿੱਚ ਤਬਦੀਲੀਆਂ ਲਿਆਂਦੀਆਂ ਜਾਣਗੀਆਂ, ਨਵੇਂ ਕਾਨੂੰਨ ਬਣਾਏ ਹੈਗੇ ਨੇ, ਤਾਂ ਉਹਨਾਂ ਚੀਜ਼ਾਂ ਨੂੰ ਵੇਖਦੇ ਹੋਏ ਕਿਵੇਂ ਦੇਖਦੇ ਹੋ ਤੁਸੀਂ? ਸਰਦਾਰ ਸੁਖਬੀਰ ਸਿੰਘ ਬਾਦਲ ਦਾ, ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਦਾ ਅਤੇ ਸਮੁੱਚੀ ਲੀਡਰਸ਼ਿਪ ਦਾ, ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਇਹ ਜਿਹੜੇ ਕਾਨੂੰਨ ਬਣਾਏ ਹੈ। ਅਤੇ ਸ਼੍ਰੋਮਣੀ ਅਕਾਲੀ ਦਲ ਪੁਰਾਣੀ ਜਿਵੇਂ ਹੈ, ਉਹਨੂੰ ਦਿਖਾਉਣ ਲਈ ਸਾਰੇ ਨੇਮ ਬਣਾਏ ਹੈ, ਅਸੀਂ ਉਹਨਾਂ ਦਾ ਧੰਨਵਾਦ ਕਰਦੇ। ਜਿਵੇਂ ਕਿ ਪਹਿਲਾਂ ਹੁੰਦਾ ਸੀ ਕਿ ਇੱਕ ਪਰਿਵਾਰ ਦੇ ਵਿੱਚੋਂ ਦੋ ਦੋ ਤਿੰਨ ਤਿੰਨ ਡੇਟਾਂ ਮਿਲ ਜਾਂਦੀਆਂ ਸੀ, ਲੇਕਿਨ ਇਹ ਗੱਲ ਬੜੀ ਵਧੀਆ ਗੱਲ ਕੀਤੀ ਉਹਨਾਂ ਨੇ, ਬੜਾ ਵਧੀਆ ਫੈਸਲਾ ਕੀਤਾ ਕਿ ਇੱਕ ਪਰਿਵਾਰ ਨੂੰ ਇੱਕ ਟਿਕਟ। ਇਹਦੇ ਨਾਲ ਜਿਹੜੇ ਆਮ ਵਰਕਰ ਹੈ ਉਹਨਾਂ ਨੂੰ ਵੀ ਮੌਕਾ ਮਿਲੇਗਾ। ਇੱਕ ਸਭ ਤੋਂ ਵੱਡਾ ਫੈਸਲਾ ਕੀਤਾ ਕਿ ਜਿਹੜੇ ਕੋਈ ਸਿੱਖ ਚਿਹਰੇ ਨੇ ਉਹ ਪ੍ਰੋਪਰ ਸਿੱਖ ਨਜ਼ਰ ਆਉਣਗੇ ਮੁਕੰਮਲ। ਇਹ ਨਹੀਂ ਹੈ ਵੀ ਕਿਸੇ ਲਈ ਬੰਦਿਸ਼ ਹੈ ਵੀ ਸਾਰੇ ਚਿਹਰੇ, ਹਰੇਕ ਬਰਾਦਰੀ ਨੂੰ, ਹਰੇਕ ਕੌਮ ਨੂੰ, ਹਰੇਕ ਮਜ਼ਹਬ ਨੂੰ ਆਪਣੀ ਬਰਾਦਰੀ 'ਤੇ ਔਰ ਆਪਣੇ ਮਜ਼ਹਬ 'ਤੇ, ਆਪਣੇ ਧਰਮ 'ਤੇ ਰਹਿਣ ਲਈ ਪੱਕਾ ਹੋਣਾ ਚਾਹੀਦਾ, ਚਾਹੇ ਕਿਸੇ ਧਰਮ ਦਾ, ਉਹਨੂੰ ਆਪਣੇ ਧਰਮ ਪੱਕੀ ਪੱਕਾ ਹੋਣਾ ਚਾਹੀਦਾ। ਬਾਕੀ ਪਹਿਲਾਂ ਜਿਹੜੀਆਂ ਰਿਜ਼ਰਵਰੇਸ਼ਨ ਹੈ, ਰਿਜ਼ਰਵਰੇਸ਼ਨ ਨੂੰ ਤਾਂ ਰਿਜ਼ਰਵਰੇਸ਼ਨ ਦੀ ਹੱਕ ਮਿਲ ਜਾਂਦਾ, ਲੇਕਿਨ ਬੀ ਸੀ ਭਾਈਚਾਰੇ ਨੂੰ ਵੀ ਇਹਦੇ ਵਿੱਚ ਨੁਮਾਇੰਦਗੀ ਦਿੱਤੀ ਜਾਊਗੀ। ਬੂਥ ਵਾਈ ਜਿਹੜੇ ਹੈ ਬੂਥ ਇੰਚਾਰਜ ਜਾਂ ਬੂਥ ਪ੍ਰਧਾਨ ਬਣਾਏ ਜਾਣਗੇ, ਉਹਨਾਂ ਦੇ ਵਿੱਚੋਂ ਹੀ ਜਿਹੜੇ ਸਰਕਲ ਪ੍ਰਧਾਨ ਬਣਾਏ ਜਾਣਗੇ। ਸਰਕਲ ਪ੍ਰਧਾਨ ਹੀ ਜ਼ਿਲ੍ਹੇ ਦੇ ਪ੍ਰਧਾਨਗੀ ਦੀ ਜਿਹੜੀ ਨੁਮਾਇੰਦਗੀ ਹੈ ਉਹ ਚੋਣ ਕਰਨਗੇ।